ਬੀਬੀਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਫਰਾਰ ਗੈਂਗਸਟਰ ਦੀਪਕ ਟੀਨੂ ਮਾਮਲੇ ਵਿੱਚ ਹੈਰਾਨੀ ਜਨਕ ਖੁਲਾਸਾ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਫਰਸ਼ ਤੇ ਡਿਲੀਵਰੀ ਮਾਮਲੇ ਦੀ ਜਾਂਚ ਰਿਪੋਰਟ ਤਿਆਰ ਕਾਂਗਰਸੀਆਂ ਤੇ 56 ਕੱਸਣ ਦੀ ਤਿਆਰੀ ਵਿੱਚ ਪੰਜਾਬ ਸਰਕਾਰ ਰਿਪੋਰਟ ਕਰੇਗੀ ਵੱਡਾ ਧਮਾਕਾ ਇੱਕ ਹੋਰ ਕਾਂਗਰਸੀ ਵਿਧਾਇਕ ਵਿਜੀਲੈਂਸ ਦੀ ਰਡਾਰ ਤੇ ਪੂਜਾ ਦੌਰਾਨ ਬੱਕਰੇ ਦੀ ਬਲੀ ਦਿੰਦੇ ਸਮੇ ਬੱਚੇ ਦੀ ਹੋਈ ਮੌਤ ਪਿੰਡ ਵਿੱਚ ਮਾਤਮ ਅਤੇ ਅੰਬਾਨੀ ਪਰਿਵਾਰ ਨੂੰ ਜ਼ਾਨ ਤੋਂ ਮਾਰਨ ਦੀ ਫਿਰ ਮਿਲੀ ਧਮਕੀ ਦੋਸਤੋ ਇਹ ਕੁਝ ਜਾਣਕਾਰੀਆਂ ਨੇ ਜਿਨ੍ਹਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦੇਲੋਂ ਧੰਨਵਾਦੀ ਹੋਵਾਂਗੇ ਆਓ ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫਰਾਰ ਗੈਂਗਸਟਰ ਦੀਪਕ ਟੀਨੂ ਵਾਲੇ ਮਾਮਲੇ ਦੀ ਸਿੱਤੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਕਥਿਤ ਦੋਸ਼ੀ ਹੈ ਦੀਪਕ ਟੀਨੂ ਫਰਾਰ ਹੋਏ ਨੂੰ 4 ਦਿਨ ਹੋ ਗਏ ਐ ਪੁਲਿਸ ਹਾਲੇ ਖਾਲੀ ਹੱਥ ਲਈ ਫਿਰਦੀ ਐ ਪੁਲਿਸ ਦੇ ਹੱਥ ਹਾਲੇ ਕੁਝ ਵੀ ਨਹੀਂ ਲੱਗਿਆ ਤੇ ਪੁਲਿਸ ਵਾਸਤੇ ਹਾਲੇ ਇਹ ਆਖਿਆ ਜਾ ਸਕਦਾ ਹੈ ਕਿ ਇੱਕ ਬੁਝਾਰਤ ਬਣ ਗਈ ਹੈ ਕਿ ਭੱਜ ਕਿਵੇਂ ਗਿਆ ਲੈ ਕੌਣ ਗਿਆ ਉਹ ਗਿਆ ਕਿੱਥੇ ਐ ਪੁਲਿਸ ਅਧਿਕਾਰੀ ਇਸ ਸੰਬੰਧੀ ਜੇ ਉਹਨਾਂ ਤੋਂ ਪੁੱਛਿਆ ਜਾਂਦਾ ਸਿਰਫ ਇੰਨਾ ਹੀ ਜਵਾਬ ਦਿੰਦੇ ਆ ਕਿ ਜਾਂਚ ਜਾਰੀ ਹੈ ਬਿਲਕੁਲ ਜਿਵੇਂ ਫਿਲਮਾਂ ਦੇ ਵਿੱਚ ਆਪਾਂ ਵੇਖਦੇ ਹੁੰਨੇ ਆ ਕਿ ਗੈਂਗਸਟਰ ਦੇ ਨਾਲ ਪੁਲਿਸੀਆ ਕਿਵੇਂ ਮਿਲਿਆ ਹੋਇਆ ਹੈ ਕਿਵੇਂ ਫਿਲਮੀ ਸਟਾਈਲ ਵਿੱਚ ਉਹਨੂੰ ਭਜਿਆ ਜਾਂ ਭਜਾਇਆ ਜਾਂਦਾ ਹੈ ਉਹ ਸਾਰਾ ਕੁਝ ਇਸ ਮਾਮਲੇ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਤੇ ਸਬ ਇੰਸਪੈਕਟਰ ਪਿਰਤਪਾਲ ਸਿੰਘ ਜਿਹੜਾ CIA ਦਾ ਇੰਚਾਰਜ ਸੀ ਉਹ ਇਸ ਸਾਰੇ ਮਾਮਲੇ ਦੀ ਜਾਂਚ ਦੇ ਘੇਰੇ ਚ ਹੈ ਬੀਤੇ ਦਿਨੀ ਮਾਨਸਾ ਪੁਲਿਸ ਨੇ 7 ਅਕਤੂਬਰ ਤੱਕ ਉਸ ਦਾ ਰਿਮਾਂਡ ਲੈ ਲਿਆ ਸੀ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਵੀ ਫਰਾਰ ਗੈਂਗਸਟਰ ਨੂੰ ਲੈ ਕੇ ਲੌਕਆਊਟ ਨੋਟਿਸ ਜਾਰੀ ਕਰਵਾ ਦਿੱਤਾ ਗਿਆ ਸੀ। ਮਾਮਲੇ ਦੀ ਜਾਂਚ ਦੇ ਵਿੱਚ ਡਿਸਮਿਸ ਕੀਤੇ ਸੀ ਸੀਆਈਏ ਇੰਚਾਰਜ ਪਿਰਤਪਾਲ ਸਿੰਘ ਦੇ ਦਰਸਾਲ ਇਸ ਜਾਂਚ ਪੜਤਾਲ ਦੇ ਵਿੱਚ ਕੁਝ ਨਵੇਂ ਕੁਝ ਅਹਿਮ ਖੁਲਾਸੇ ਕਰ ਦਿੱਤੇ ਐ। ਹੁਣ ਜਿਹੜੀ ਜਾਣਕਾਰੀ ਮਿਲੀ ਹੈ ਉਹਦੇ ਅਨੁਸਾਰ ਗੈਂਗਸਟਰ ਦੀਪਕ ਦੀ ਪ੍ਰੇਮਿਕਾ ਨੂੰ ਪਿਰਤਪਾਲ ਇੱਕ ਵਾਰ ਨਹੀਂ ਕਈ ਵਾਰ ਆਪ ਪਹਿਲਾਂ ਵੀ ਮਿਲ ਚੁੱਕਿਆ ਸੀ। ਇੱਥੇ ਤੱਕ ਕੀ ਮਸਲਾ ਸੀਮਤ ਨਹੀਂ ਕਿ ਮਿਲ ਰਿਹਾ ਸੀ ਜਾਂ ਮਿਲਿਆ ਸੀ। ਉਸ ਮਹਿਲਾ ਦੇ ਅਕਾਊਂਟ ਦੇ ਵਿੱਚ ਘੱਟੋ-ਘੱਟ 12 ਵਾਰ ਪ੍ਰਿਤਪਾਲ ਨੇ ਪੈਸੇ ਵੀ ਭੇਜੇ ਸੀ ਦੱਸਣਾ ਬਣਦਾ ਹੈ ਕਿ ਗੈਂਗਸਟਰ ਦੀਪਕ ਦੀ ਪ੍ਰੇਮਿਕਾ ਵਾਇਰਲੈਸ ਵਿੰਗ ਦੇ ਵਿੱਚ ਮਹਿਲਾ ਕਾਂਸਟੇਬਲ ਦੇ ਵਜੋਂ ਤਾਇਨਾਤ ਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਦੀਪਕ ਟੀਨੂ ਨੇ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਨਜਾਇਜ਼ ਹਥਿਆਰਾਂ ਬਾਰੇ ਦੱਸਣ ਉਹਨਾਂ ਦੀ ਰਿਕਵਰੀ ਕਰਵਾਉਣ ਦੇ ਬਾਬਤ ਜਾਣਕਾਰੀਆਂ ਦਿੱਤੀਆਂ ਅਤੇ ਪ੍ਰਿਤਪਾਲ ਦਾ ਕਹਿਣਾ ਕਿ ਮੈਨੂੰ ਉਹਨੇ ਭਰੋਸੇ 'ਚ ਲੈ ਲਿਆ ਤੇ ਚਾਂਸੇ 'ਚ ਲੈ ਲਿਆ ਤੇ ਇਸੇ ਵਜ੍ਹਾ ਦੇ ਨਾਲ ਪ੍ਰਿਤਪਾਲ ਕਹਿੰਦਾ ਮੈਂ ਟੀਨੂ ਨੂੰ ਬਾਹਰ ਲੈ ਕੇ ਆ ਗਿਆ ਸੀ ਭਾਵੇਂ ਇਹ ਗੱਲ ਹਸਮ ਨਹੀਂ ਕਿਸਦੇ ਹੋ ਰਹੀ ਘਰੇ ਲਿਆਉਣਾ ਫਿਰ ਉਹਦੀ ਗਰਲ ਫ੍ਰੈਂਡ ਨੂੰ ਬੁਲਵਾਉਣਾ ਸੱਚਮੁੱਚ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਹਲੇ ਮਿਲੇ ਤੇ ਫਿਰ ਪ੍ਰਿਤਪਾਲ ਨੇ ਇਸ ਤੇ ਬਾਬਤ ਕਿਸੇ ਨੂੰ ਨਾ ਦੱਸਣਾ ਕਿਸੇ ਸੀਨੀਅਰ ਅਫਸਰ ਦੇ ਨਾਲ ਇਹ ਗੱਲ ਨਾ ਸਾਂਝੀ ਕਰਨੀ ਰਿਕਾਰਡ ਦੇ ਵਿੱਚ ਕੁਝ ਦਰਜ ਨਾ ਕਰਨਾ ਬਹੁਤ ਸਾਰੇ ਸਵਾਲ ਨੇ ਆਪਾਂ ਬੀਤੇ ਦਿਨਾਂ ਤੋਂ ਇਹਦਾ ਜ਼ਿਕਰ ਕਰਦੇ ਆ ਰਹੇ ਹਾਂ ਕਿਸ ਥਾਂ ਤੇ ਲਿਜਾਇਆ ਜਾਣਾ ਸੀ ਕੋਈ ਜਾਣਕਾਰੀ ਨਹੀਂ ਦੱਸੀ ਜਾ ਰਹੀ ਆਪਣੇ ਘਰ ਕਿਉਂ ਲਿਆਇਆ ਕੋਈ ਜਵਾਬ ਨਹੀਂ ਪਰ ਸਵਾਲ ਇਹ ਹੈ ਕਿ ਇਹ ਸਾਰਾ ਕੰਮ ਲਾਲਚਵਸ ਕੀਤਾ ਹੈ ਪ੍ਰਤਪਾਲ ਨੇ ਇਥੋਂ ਤੱਕ ਵੀ ਜਾਣਕਾਰੀ ਹੈ ਕਿ ਉਹਨੂੰ ਮੋਬਾਈਲ ਫੋਨ ਵੀ ਮੁਹੱਈਆ ਕਰਵਾਏ ਪ੍ਰਤਪਾਲ ਨੇ ਹੁਣ ਇਹ ਵੀ ਜਾਣਕਾਰੀ ਮਿਲੀ ਹੈ ਕਿ ਟੀਨੂ ਨੂੰ ਕੁਝ ਦਿਨ ਪਹਿਲਾਂ ਜਦੋਂ ਉਹਨੇ ਜੇਲ੍ਹ ਚਾਉਣਾ ਸੀ ਜੇਲ੍ਹ ਚ ਆਉਣ ਤੋਂ ਪਹਿਲਾਂ ਮੋਬਾਈਲ ਦੇ ਦਿੱਤਾ ਗਿਆ ਤੇ ਉਸੇ ਤੋਂ ਫਰਾਰ ਹੋਣ ਦੀ ਉਹਨੇ ਪੂਰੀ ਦੀ ਪੂਰੀ ਪਲੈਨਿੰਗ ਕਰ ਲਈ ਇਹਦੇ ਤੋਂ ਬਾਅਦ ਡਿਸਮਿਸ ਕੀਤੇ ਪ੍ਰਿਤਪਾਲ ਨੇ ਮੰਨਿਆ ਕਿ ਮੇਰੇ ਨਾਲ ਦਰਅਸਲ ਗੈਂਗਸਟਰ ਦੀਪਕ ਟੀਨੂ ਧੋਖਾ ਕਰ ਗਿਆ ਹੁਣ ਭਾਈ ਤੂੰ ਤਾਂ ਕਹਿਣਾ ਤੇਰੇ ਨਾਲ ਧੋਖਾ ਕਰ ਗਿਆ ਪਰ ਇਹ ਵੀ ਮੰਨ ਪ੍ਰਿਤਪਾਲ ਸਿਆ ਕਿ ਤੂੰ ਮਹਿਕਮੇ ਨਾਲ ਧੋਖਾ ਕੀਤਾ ਤੂੰ ਸਿੱਧੂ ਮੂਸੇਵਾਲ ਦੇ ਪਰਿਵਾਰ ਨਾਲ ਧੋਖਾ ਕੀਤਾ ਤੂੰ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹਾਲਾਂਕਿ ਮਹਿਲਾ ਕੌਨਸਟੇਬਲ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਵਿੱਚ ਜੁਟੀ ਹੋਈ ਹੈ ਜਾਣਕਾਰੀ ਤਾਂ ਇਹ ਵੀ ਮਿਲ ਰਹੀ ਹੈ ਕਿ ਪੁੱਛਗਿੱਛ ਦੇ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪਿਰਤਪਾਲ ਪੁਲਿਸ ਵਿਭਾਗ ਦੇ ਵਿੱਚ ਆਪਣਾ ਨਾਮ ਉੱਚਾ ਕਰਨ ਦੇ ਵਾਸਤੇ ਇੱਕ ਵੱਡੇ ਅੱਤਵਾਦੀ ਮੋਡਿਊਲ ਦਾ ਇਕੱਲਿਆਂ ਹੀ ਪਰਦਾ ਫਾਸ਼ ਕਰਨਾ ਚਾਹੁੰਦਾ ਸੀ ਅਤੇ ਗੈਂਗਸਟਰ ਟੀਨੂ ਨੇ ਉਹਨੂੰ ਪਾਕਿਸਤਾਨ ਤੋਂ ਆਉਣ ਵਾਲੇ ਹਥਿਆਰਾਂ ਦੀ ਖੇਫ ਫੜਨ ਦਾ ਜਾਂ ਫੜਵਾਉਣ ਦਾ ਵਾਅਦਾ ਕਰ ਲਿਆ ਸੀ ਜਾਣਕਾਰੀ ਮੁਤਾਬਕ ਦੀਪਕ ਟੀਨੂ ਪੁਲਿਸ ਕਾਂਸਟੇਬਲ ਜਿਹੜੀ ਉਹਦੀ ਗਰਲਫ੍ਰੈਂਡ ਸੀ ਉਹ ਪੰਜਾਬ ਦੇ ਮਾਝਾ ਇਲਾਕੇ ਨਾਲ ਸਬੰਧਤ ਹੈ ਅਤੇ ਮਾਲਵੇ ਦੇ ਵਿੱਚ ਤਹਿਰਾਸ਼ ਸੀ ਟੀਨੂ ਦੇ ਫਰਾਰ ਹੋਣ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਮਹਿਲਾ ਪੁਲਿਸ ਕਾਂਸਟੇਬਲ ਦੀ ਵੀ ਭਾਲ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਅਦਾਲਤ ਦੇ ਵਿੱਚ ਪੇਸ਼ੀ ਦੇ ਦੌਰਾਨ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਪੁਲਿਸ ਕਾਂਸਟੇਬਲ ਦੀ ਗੈਂਗਸਟਰ ਟੀਨੂ ਦੀ ਨਾਲ ਮੁਲਾਕਾਤ ਕਿਵੇਂ ਹੋ ਰਹੀ ਹੈ ਕਿੱਥੇ ਮਿਲੇ ਜਾਣਕਾਰੀ ਮਿਲੀ ਹੈ ਕਿ ਅਦਾਲਤ ਦੇ ਵਿੱਚ ਪੇਸ਼ ਤੇ ਦੌਰਾਨ ਟੀਨੂ ਦੀ ਮੁਲਾਕਾਤ ਇਸ ਪੁਲਿਸ ਕਾਂਸਟੇਬਲ ਨਾਲ ਹੋਈ ਸੀ ਉਦੋਂ ਤੋਂ ਬਾਅਦ ਦੋਵੇਂ ਫੋਨ ਦੇ ਰਾਹੀਂ ਇੱਕ ਦੂਸਰੇ ਦੇ ਸੰਪਰਕ ਦੇ ਵਿੱਚ ਆ ਗਏ ਟੀਨੂ ਨੇ ਪਿਰਤਪਾਲ ਨੂੰ ਆਪਣੀ ਪ੍ਰੇਮਿਕਾ ਦੇ ਨਾਲ ਮਿਲਵਾਉਣ ਲਈ ਮੁਲਾਕਾਤ ਕਰਵਾਉਣ ਲਈ ਫਿਰ ਆਖ ਦਿੱਤਾ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਜਿਹੜੀ ਆ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਅਸੀਂ ਉਦੋਂ ਹੀ ਕੁਝ ਦੇ ਬਾਬਤ ਕਹਿ ਸਕਦੇ ਹਾਂ ਪਰ ਤੁਸੀਂ ਆਪ ਹੈਰਾਨ ਹੋਵੋ ਕਿ ਦੱਸੋ ਕਿਵੇਂ ਉਹ ਗੱਲ ਕਰਕੇ ਆ ਕਿਹੜੇ ਵੇਲੇ ਗੱਲ ਕਰ ਗਿਆ ਕਿਵੇਂ ਇੱਕ ਦੂਸਰੇ ਦੇ ਬੁਆਏਫਰੈਂਡ ਗਰਲਫਰੈਂਡ ਵੀ ਬਣ ਗਏ ਫਿਰ ਕਿਉਂ ਪ੍ਰਿਤਪਾਲ ਆ ਇਸ ਮਹਿਲਾ ਕਾਂਸਟੇਬਲ ਦੇ ਖਾਤੇ 'ਚ ਪੈਸੇ ਪਵਾਉਂਦਾ ਰਿਹਾ ਅਰ ਜੇ ਪ੍ਰਿਤਪਾਲ ਇਹ ਗੱਲ ਕਹਿੰਦਾ ਕਿ ਉਹਨੇ ਹਥਿਆਰ ਬਰਾਮਦ ਕਰਵਾਉਣੇ ਸੀ ਕਿ ਇਸ ਗੱਲ ਦਾ ਪ੍ਰਿਤਪਾਲ ਜਵਾਬ ਦੇ ਸਕਦਾ ਹੈ ਕਿ ਤੈਨੂੰ ਪਹਿਲਾਂ ਹੀ ਕਿਵੇਂ ਪਤਾ ਲੱਗ ਗਿਆ ਸੀ ਫੋਨ ਤਾਂ ਤੂੰ ਪਹਿਲਾਂ ਬਹੀਆ ਕਰਵਾ ਦਿੱਤਾ ਫੋਨ ਪਹਿਲਾਂ ਮਹੀਆ ਕਰਵਾ ਦਿੱਤਾ ਤੇ ਬਾਅਦ ਦੇ ਵਿੱਚ ਹੋ ਸਕਦਾ ਹੈ ਜਦੋਂ ਗੱਲਬਾਤ ਕੀਤੀ ਹੋਵੇ ਕਹਿੰਦਾ ਉਹ ਹਥਿਆਰ ਮਹੀਆ ਕਰਵਾ ਦਿਆਂਗਾ ਪਰ ਉਹਦੇ ਆਉਣ ਤੋਂ ਪਹਿਲਾਂ ਕਿਵੇਂ ਪਤਾ ਲੱਗ ਗਿਆ ਕਿ ਮੈਂ ਉਹਨੂੰ ਫੋਨ ਲੈ ਕੇ ਦੇਊਂਗਾ ਫਿਰ ਉਹ ਮੈਨੂੰ ਹਥਿਆਰ ਮਹੀਆ ਕਰਵਾ ਦੂਗਾ ਫਿਰ ਲੈ ਕੇ ਮੈਂ ਉਹਨੂੰ ਆਪਣੇ ਘਰ ਜਾਊਂਗਾ ਉੱਥੇ ਉਹਦੀ ਗਰਲਫ੍ਰੈਂਡ ਨੂੰ ਬੁਲਾ ਲਊਂਗਾ ਫਿਰ ਮੈਂ ਆਡ ਕਮਰੇ 'ਚ ਸੌਂਜੂ ਉਹਨਾਂ ਨੂੰ ਵੱਖਰੇ ਕਮਰੇ 'ਚ ਪਾ ਦਊਂਗਾ ਗੱਲ ਸੱਚਮੁੱਚ ਜਿਹੜੀ ਉਹ ਦੱਸ ਰਿਹਾ ਹੈ ਕਿਸੇ ਦੇ ਹਜ਼ਮ ਨਹੀਂ ਹੋ ਰਹੀ ਪਰ ਤੁਹਾਨੂੰ ਯਾਦ ਹੋਣਾ ਹੈ ਕਿ ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਹੋ ਰਹੇ ਨੇ ਤੀਨੋਂ ਦੀ ਗ੍ਰਿਫਤਾਰੀ ਦੇ ਵਾਸਤੇ ਚਾਰ ਮੈਂਬਰੀ ਸੈੱਟ ਦਾ ਗਠਨ ਕਰ ਦਿੱਤਾ ਸੀ ਬੀਤੇ ਮੰਗਲਵਾਰ ਨੂੰ ਡੀਜੀਪੀ ਨੇ ਆਖਿਆ ਸੀ ਕਿ ਜਿਹੜਾ ਵੀ ਅਫਸਰ ਇਸ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਗਿਆ ਸ਼ਮੂਲੀਅਤ ਸਾਹਮਣੇ ਆਈ ਸਖਤੀ ਨਾਲ ਨਜੱਠਿਆ ਜਾਊ ਉਹਦੇ ਤੇ ਮੁਕੱਦਮਾ ਵੀ ਦਰਜ ਕੀਤਾ ਜਾਊ ਤੇ ਉਹਨੂੰ ਗ੍ਰਿਫਤਾਰ ਵੀ ਕੀਤਾ ਜਾਊ ਇਸ ਬਣਾਈ ਗਈ ਸੈੱਟ ਦੇ ਵਿੱਚ ਪਟਿਆਲਾ ਰੇਂਜ ਦੇ ਆਈਜੀਪੀ ਐਸ ਐਸ ਸ਼ੀਨਾ ਇਹਨੂੰ ਲੀਡ ਕਰ ਰਿਹਾ ਹੈ ਸੂਤਰ ਦੱਸਦਿਆ ਕਿ ਸਬ ਇੰਸਪੈਕਟਰ ਪਿਰਤਪਾਲ ਸਿੰਘ ਪਹਿਲਾਂ ਵੀ ਕਈ ਵਾਰ ਦੀਪਕ ਟੀਨੂ ਨੂੰ ਆਪਣੀ ਸਰਕਾਰੀ ਰਹਿائش ਤੇ ਲੈ ਕੇ ਆਇਆ ਸੀ ਜਿੱਥੇ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਦੀਪਕ ਆਪਣੀ ਪ੍ਰੇਮਿਕਾ ਦੇ ਨਾਲ ਫਰਾਰ ਹੋਣ ਵਿੱਚ ਕਾਮਯਾਬ ਹੁੰਦਾ ਦੱਸਿਆ ਜਾ ਰਿਹਾ ਹੈ ਕਿ ਸਬ ਇੰਸਪੈਕਟਰ ਪਿਰਤਪਾਲ ਸਿੰਘ ਉਸ ਸਮੇਂ ਦੂਸਰੇ ਕਮਰੇ ਵਿੱਚ ਸੁੱਤਾ ਪਿਆ ਸੀ ਦੀਪਕ ਟੀਨੂ ਦੀ ਪ੍ਰੇਮਿਕਾ ਵੀ ਉਹਨੂੰ ਭਜਾ ਕੇ ਲੈ ਕੇ ਗਈ ਹੈ ਸ਼ੱਕੀ ਭੂਮਿਕਾ ਹੈ ਪਰ ਪੁਲਿਸ ਨੇ ਇਸ ਸਬੰਧੀ ਹਾਲੇ ਕੋਈ ਪੁਸ਼ਟੀ ਨਹੀਂ ਕੀਤੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਪਿਰਤਪਾਲ ਸਿੰਘ ਦੇ ਕੋਲੋਂ ਦੋ ਮੋਬਾਈਲ ਫੋਨ ਬਰਾਮਦ ਹੋਏ ਸੀ ਜਿਸ ਦੇ ਵਿੱਚ ਦੀਪਕ ਦੀ ਪ੍ਰੇਮਿਕਾ ਦਾ ਫੋਨ ਨੰਬਰ ਵੀ ਮੌਜੂਦ ਸੀ ਪਰ ਇਸ ਵਕਤ ਉਹ ਫੋਨ ਨੰਬਰ ਜਿਹੜਾ ਉਹਦੇ ਵਿੱਚ ਫੀਡ ਕੀਤਾ ਹੋਇਆ ਫੋਨ 'ਚ ਉਹ ਬੰਦ ਆ ਰਿਹਾ ਹੈ ਹੁਣ ਕਾਰਨ ਕੋਈ ਵੀ ਰਹੇ ਹੋਣ ਫਰਾਰ ਵੀ ਹੋ ਗਿਆ ਫਰਾਰ ਕਰਵਾ ਵੀ ਦਿੱਤਾ ਅਤੇ ਉਹਦੇ ਤੋਂ ਬਾਅਦ ਪੁਲਿਸ ਦੇ ਹੱਥ ਵੀ ਨਹੀਂ ਲੱਗਿਆ ਪਰ ਆ ਨਵੀਆਂ ਜਾਣਕਾਰੀਆਂ ਨੇ ਕਿ ਪੈਸੇ ਕਿਉਂ ਮੇ ਪਾਉਂਦਾ ਰਿਹਾ ਕਿਉਂ ਪਾਉਂਦਾ ਰਿਹਾ ਕੀ ਸੱਚਮੁੱਚ ਪਿਰਤਪਾਲ ਸਿੰਘ ਜਿਹੜਾ ਕਿ ਸੀਆਈਏ ਇਨਚਾਰਜ ਸੀ ਉਹ ਪਹਿਲਾਂ ਤੋਂ ਹੀ ਮਿਲਿਆ ਸੀ ਇਸ ਪਹਿਲਾਂ ਕਨਸਟੇਬਲ ਦੇ ਨਾਲ ਸੱਚਮੁੱਚ ਵੱਡੇ ਸਵਾਲ ਨੇ ਇਹਨਾਂ ਸਵਾਲਾਂ ਦੇ ਜਵਾਬ ਜਾਂ ਤਾਂ ਪਿਰਤਪਾਲ ਕੋਲ ਨੇ ਜਾਂ ਫਿਰ ਜਦੋਂ ਉਹ ਜਿਹੜੇ ਫਰਾਰ ਹੋਏ ਨੇ ਉਹ ਗ੍ਰਿਪਤ ਵਿੱਚ ਆਏ ਉਹਨਾਂ ਕੋਲ ਮਿਲਣਗੇ ਤੇ ਅਗਲੀ ਜਿਹੜੀ ਜਾਣਕਾਰੀ ਹੈ ਪਠਾਨਕੋਟ ਦੇ ਸਿਵਲ ਹਸਪਤਾਲ ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ ਕਿ ਬੀਤੇ ਦਿਨੀ ਇੱਕ ਫਰਸ਼ ਦੇ ਉੱਤੇ ਮਹਿਲਾ ਡਿਲੀਵਰੀ ਕਰ ਦਿੰਦੀ ਹੈ ਤੇ ਖਬਰ ਉਹ ਹੈਡਲਾਈਨਾਂ ਬਣ ਗਈਆਂ ਸੀ ਸੁਰਖੀਆਂ 'ਚ ਆ ਗਈ ਸੀ ਤੇ ਉਸ ਮਾਮਲੇ ਦੀ ਜਾਂਚ ਰਿਪੋਰਟ ਤਲਬ ਕਰ ਲਈ ਗਈ ਸੀ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਚਰਾ ਨੂੰ ਜਾਣਕਾਰੀ ਮਿਲ ਰਹੀ ਹੈ ਕਿ ਇਹ ਜਾਂਚ ਰਿਪੋਰਟ ਮਿਲ ਚੁੱਕੀ ਹੈ ਡਾਕਟਰਾਂ ਦੀ ਇਸ ਜਾਂਚ ਦੇ ਵਾਸਤੇ ਚਾਰ ਮੈਂਬਰੀ ਇੱਕ ਟੀਮ ਗਠਿਤ ਕਰ ਦਿੱਤੀ ਗਈ ਸੀ ਤੇ ਇਹ ਵੀ ਪਤਾ ਲੱਗਿਆ ਕਿ ਸਿਹਤ ਮੰਤਰੀ ਕੱਲ ਦੁਸ਼ਹਿਰੇ ਹੋਣ ਦੇ ਕਾਰਨ ਰੁੱਜੇ ਰਹੇ ਇਸ ਕਰਕੇ ਇਸ ਰਿਪੋਰਟ ਦੇ ਉੱਤੇ ਉਹ ਕੋਈ ਕਾਰਵਾਈ ਬਾ ਨਾ ਸਕੇ ਪਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਉਹ ਕਹਿੰਦੇ ਇਹ ਸਮਾਂ ਬਲੇ ਤੇ ਜਲਦ ਕਾਰਵਾਈ ਕਰ ਦਿਆਂਗੇ ਜਾਂਚ ਰਿਪੋਰਟ ਦੇ ਵਿੱਚ ਮੈਡੀਕਲ ਪ੍ਰੋਟੋਕੋਲ ਦਾ ਧਿਆਨ ਨਾ ਰੱਖਣ ਦੇ ਕਾਰਨ ਡਿਊਟੀ ਤੇ ਮੌਜੂਦ ਮੈਡੀਕਲ ਟੀਮ ਦੀ ਲਾਪਰਵਾਹੀ ਹੋਣ ਦੀ ਗੱਲ ਸਾਹਮਣੇ ਆਈ ਹੈ ਬੱਚੇ ਨੂੰ ਜਨਮ ਦੇਣ ਵਾਲੀ ਮਹਿਲਾ ਦੇ ਜੰਮਣ ਪੀੜਾਂ ਜ਼ਿਆਦਾ ਹੋਣ ਲੱਗੀਆਂ ਉਹਨੂੰ ਅੰਮ੍ਰਿਤਸਰ ਰੈਫਰ ਕਰਨ ਦੀ ਬਜਾਏ ਹਸਪਤਾਲ ਦੇ ਵਿੱਚ ਹੀ ਪ੍ਰਬੰਧ ਕਰਨੇ ਚਾਹੀਦੇ ਸੀ ਪਰ ਉਹਨਾਂ ਨੇ ਡਿਊਟੀ ਤੇ ਸਟਾਫ ਸੀ ਜਿਹੜਾ ਉਹਨਾਂ ਨੇ ਇਹ ਨਹੀਂ ਕੀਤਾ ਡਾਕਟਰ ਰਾਜਕਮਰ ਦੀ ਅਗਵਾਈ ਦੇ ਵਿੱਚ ਜਿਹੜੀ 4 ਮੈਂਬਰੀ ਟੀਮ ਸੀ ਉਹਨਾਂ ਨੇ ਡਿਊਟੀ ਤੇ ਮੌਜੂਦ ਰਹੇ ਮੈਡੀਕਲ ਸਟਾਫ ਸਮੇਤ ਪੀੜਤਾ ਦੇ ਪਤੀ ਅਤੇ ਮੈਡੀਕਲ ਰਿਪੋਰਟ ਦੀ ਜਾਂਚ ਕੀਤੀ ਹੈ ਘਟਨਾ ਦੀ ਰਾਤ ਲੇਬਰ ਰੂਮ ਦੇ ਵਿੱਚ ਮੈਡੀਕਲ ਅਫਸਰ ਡਾਕਟਰ ਅੰਕਿਤਾ ਆਨਕਾਲ ਗਾਇਨੀ ਸਪੈਸ਼ਲਿਸਟ ਡਾਕਟਰ ਬਾਇੂਮਾ ਸਟਾਫ ਨਰਸ ਆਊਟਸੋਰਸ ਕੰਚਨ ਵਾਰਡ اٹੈਂਡੈਂਟ ਆਸ਼ਾ ਅਤੇ ਸਵੀਪਰ ਇਹ ਡਿਊਟੀ ਉੱਤੇ ਸੀ ਅਤੇ ਅੰਕਤਾ ਦੇ ਦੱਸਣ ਅਨੁਸਾਰ ਜੰਮਣ ਪੀੜਾ ਹੋਣ ਦੇ ਕਾਰਨ ਜਦੋਂ ਉਹ ਹਸਪਤਾਲ ਵਿੱਚ ਆਈ ਤਾਂ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਕੋਲੇ ਅਲਟਰਾਸਾਉਂਡ ਵੀ ਹੈ ਨਹੀਂ ਸੀ ਤੇ ਬਲੱਡ ਟੈਸਟ ਦੀ ਵੀ ਕੋਈ ਰਿਪੋਰਟ ਹੈ ਨਹੀਂ ਸੀ ਇਸ ਕਾਰਨ ਪੀੜਤਾ ਨੂੰ ਐਡਮਿਟ ਨਾ ਕਰਕੇ ਔਨ ਕਾਲ ਡਿਊਟੀ ਗਾਇਨੀ ਤੋਂ ਪੁੱਛਗਿੱਛ ਕੀਤੀ ਗਈ ਕਿ ਕੀ ਕੀਤਾ ਜਾਵੇ ਇਸ ਕੇਸ ਦੇ ਵਿੱਚ ਤੇ ਔਨ ਕਾਲ ਗਾਇਨੀ ਨੇ ਆਖਿਆ ਕਿ ਇਹਨਾਂ ਨੂੰ ਅਮਰਸਰ ਰੈਫਰ ਕਰ ਦਿੱਤਾ ਜਾਵੇ ਜਾਣਕਾਰੀ ਦੇ ਅਨੁਸਾਰ ਇਸ ਸਮੱਸਿਆ 'ਤੇ ਪੰਜਾਬ ਦੇ ਸਿਹਤ ਮੰਤਰੀ ਕੋਈ ਵੱਡੀ ਕਾਰਵਾਈ ਕਰ ਸਕਦੇ ਆ ਮੰਨਿਆ ਜਾ ਰਿਹਾ ਹੈ ਕਿ ਮੌਕੇ 'ਤੇ ਮੌਜੂਦ ਮੈਡੀਕਲ ਸਟਾਫ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਪਰੰਤੂ ਕਾਰਵਾਈ ਦਾ ਗਰਾਊਂਡ ਕੀ ਹੋਊਗਾ ਗਰਾਊਂਡ ਕੀ ਹੋਊਗਾ ਇਹ ਦੇਖਣਾ ਪਏਗਾ ਇਸ ਸਬੰਧ ਦੇ ਵਿੱਚ ਸਿਹਤ ਮੰਤਰੀ ਨੇ ਜਾਂਚ ਰਿਪੋਰਟ ਦੇਖਣ ਤੋਂ ਬਾਅਦ ਕਾਰਵਾਈ ਦਾ ਭਰੋਸਾ ਦਿੱਤਾ ਹੈ ਅਤੇ ਨਾਲ ਇਹ ਆਖਿਆ ਕਿ ਸਖਤ ਕਾਰਵਾਈ ਕਰਾਂਗੇ ਅਤੇ ਜਲਦੀ ਕਾਰਵਾਈ ਕਰਾਂਗੇ ਉਮੀਦ ਹੈ ਕਿ ਪੰਜਾਬ ਦੇ ਵਿੱਚ ਅੱਜ ਇਸ ਮਸਲੇ ਦੇ ਉੱਤੇ ਸਿਹਤ ਮੰਤਰੀ ਕੋਈ ਫੈਸਲਾ ਸੁਣਾ ਸਕਦੇ ਆ ਆ ਜਿਹੜੀ ਅਗਲੀ ਖਬਰ ਹੈ ਸੱਚਮੁੱਚ ਇੱਥੋਂ ਪਤਾ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋ ਵੱਡੇ ਤਬਾਕੇ ਹੋ ਸਕਦਾ ਹੈ ਇੱਕ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਤੇ ਰਿਪੋਰਟ ਤਕਰੀਬਨ ਤਕਰੀਬਨ ਤਿਆਰ ਦੱਸੀ ਜਾ ਰਹੀ ਹੈ ਅਸਲ ਦੇ ਵਿੱਚ ਪੰਜਾਬ ਸਰਕਾਰ ਕਾਂਗਰਸ ਤੇ ਕੁਝ ਸੀਨੀਅਰ ਕੇਂਦਰੀ ਅਤੇ ਪੰਜਾਬ ਦੇ ਲੀਡਰਾਂ ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ ਦਰਅਸਲ ਮਾਮਲਾ ਪਿਛਲੀ ਕਾਂਗਰਸ ਸਰਕਾਰ ਵੇਲੇ ਦਾ ਹੈ ਰੋਪੜ ਸੈਂਟਰਲ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਮੁਖਤਾਰ ਅंसारी ਨੂੰ ਵੀਆਈਪੀ ਟ੍ਰੀਟਮੈਂਟ ਦੇਣ ਦਾ ਮਾਮਲਾ ਹੈ ਸਰਕਾਰ ਕਹਿੰਦੀ ਸਾਡੇ ਕੋਲ ਇਸ ਗੱਲ ਦੇ ਸਬੂਤ ਹੈ ਕਿ ਸੀਨੀਅਰ ਕਾਂਗਰਸੀ ਆਗੂਆਂ ਦੀਆਂ ਹਦਾਇਤਾਂ ਦੇ ਉੱਤੇ ਪਿਛਲੀ ਕਾਂਗਰਸ ਸਰਕਾਰ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗਿਆ ਗੈਂਗਸਟਰ ਦੀ ਪੈਰਵੀ ਤੇ 55 ਲੱਖ ਰੁਪਏ ਸਰਕਾਰੀ ਖਜ਼ਾਨੇ 'ਚੋਂ ਖਰਚੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੇ ਦੱਸਣ ਅਨੁਸਾਰ ਇਸ ਮਾਮਲੇ ਦੀ ਜਾਂਚ तकरीबन तकरीबन ਮੁਕੰਮਲ ਹੋ ਚੁੱਕੀ ਹੈ ਜੋ ADGP ਲੈਵਲ ਦੇ ਪੁਲਿਸ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਹੈ ਉਹ ਕਹਿੰਦੇ ਤੁਹਾਨੂੰ ਇੰਨਾ ਮੈਂ ਦੱਸ ਸਕਦਾ ਕਿ ਜਦੋਂ ਇਹ ਜਾਂਚ ਰਿਪੋਰਟ ਆਏਗੀ ਤਾਂ ਸੁਣ ਕੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਚਾਏਗੀ ਇਸ ਮਾਮਲੇ ਦੇ ਵਿੱਚ ਸ਼ਾਮਲ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਨੂੰ ਕਹਿੰਦੇ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਜਿਹੜੇ ਜਿਹੜੇ ਦੋਸ਼ੀ ਪਾਏ ਗਏ ਤੁਹਾਨੂੰ ਯਾਦ ਹੋਣਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਤੋਂ ਬਾਅਦ ਵੀ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਸਪਸ਼ਟ ਕਰ ਦਿੱਤਾ ਸੀ ਕਿ ਇਹ ਸਾਮਾਵੇle ਵਿੱਚ ਪੰਜਾਬ ਦੇ ਹੀ ਨਹੀਂ ਸਗੋਂ ਕੇਂਦਰੀ ਪੱਧਰ ਦੇ ਨੇਤਾਵਾਂ ਦੇ ਨਾਮ ਵੀ ਸਾਹਮਣੇ ਆ ਰਹੇ ਐ ਤੇ ਇਹ ਸਾਮਾਵੇle ਦੀ ਜਾਂਚ ਰਿਪੋਰਟ ਕਿਸੇ ਧਮਾਕੇ ਨਾਲ ਉਹ ਕਹਿੰਦੇ ਕੱਟ ਨਹੀਂ ਹੋਏਗੀ ਕਿ ਕਿਹਦੇ ਹੁਕਮਾਂ ਦੇ ਉੱਤੇ ਮਖ्तार ਅंसारी ਨੂੰ ਵੀ ਵੀ ਆਈ ਪੀ ਟ੍ਰੀਟਮੈਂਟ ਦਿੱਤੀ ਗਈ ਵੀ ਵੀ ਆਈ ਪੀ ਰਹਿਸ਼ ਤੇ ਰੱਖਿਆ ਗਿਆ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਤੇ ਉਹਦੀ ਪੈਰ ਵੀ ਵੀ ਕੀਤੀ ਜਿਸ ਤੇ ਜੇਲ੍ਹ ਵਿਭਾਗ ਨੇ 55 ਲੱਖ ਰੁਪਏ ਵੀ ਖਰਚੇ ਦੱਸਣਾ ਬਣਦਾ ਕਿ ਯੂਪੀ ਦੀ ਬਾਂਦਾ ਜੇਲ੍ਹ ਤੋਂ ਲਿਆਂਦੇ ਜਾਣ ਤੋਂ ਬਾਅਦ ਅंसारी ਨੂੰ ਜਨਵਰੀ 2019 ਦੇ ਵਿੱਚ ਫਰੋਤੀ ਦੇ ਇੱਕ ਮਾਮਲੇ ਦੇ ਵਿੱਚ ਪੰਜਾਬ ਦੀ ਰੋਪੜ ਜੇਲ੍ਹ ਦੇ ਵਿੱਚ ਬੰਦ ਕਰ ਲਿਆ ਗਿਆ ਸੀ ਹੁਣ ਜਿਹੜੀਆਂ ਜਾਣਕਾਰੀਆਂ ਨਿਕਲ ਕੇ ਆ ਰਹੀਆਂ ਨੇ ਇਹ ਵੀ ਖਬਰਾਂ ਮਿਲ ਰਹੀਆਂ ਨੇ ਕਿ ਉਹ ਲਿੰਕਸ ਦੀ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਰਾਹੀਂ ਅंसारी ਨੂੰ ਵੀ ਵੀ ਆਈ ਪੀ ਟ੍ਰੀਟਮੈਂਟ ਦਿੱਤੀ ਗਈ ਉਹਦੀ ਪੈਰਵੀ ਕੀਤੀ ਗਈ ਕਿ ਉਹ ਕਿਹੜਾ ਕੇਂਦਰੀ ਕਾਂਗਰਸੀ ਆਗੂ ਸੀ ਜਿਨੇ ਉਸ ਵਕਤ ਦੀ ਸੂਬਾ ਸਰਕਾਰ ਨੂੰ ਭਾਵੇਂ ਉਸ ਵਕਤ ਦੀ ਪੰਜਾਬ ਸਰਕਾਰ ਨੂੰ ਹਦਾਇਤਾਂ ਦਿੱਤੀਆਂ ਤੇ ਪੰਜਾਬ ਸਰਕਾਰ ਤੁਹਾਨੂੰ ਯਾਦ ਹੋਣਾ ਹੈ ਨਿਸ਼ਾਨੇ ਤੇ ਲੈ ਚੁੱਕੀ ਹੈ ਪੰਜਾਬ ਦੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਤੇ ਇਸ ਮਾਮਲੇ ਦੇ ਵਿੱਚ ਰੰਧਾਵਾ ਸਾਹਿਬ ਰੜਾਰਤੇ ਹੈ ਕਿਉਂਕਿ ਉਸ ਵੇਲੇ ਜੇਲ੍ਹ ਵਿਭਾਗ ਉਹਨਾਂ ਕੋਲ ਸੀ ਪੰਜਾਬ ਸਰਕਾਰ ਦੇ ਵੱਲੋਂ ਕਰਵਾਈ ਜਾ ਰਹੀ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਪਿਛਲੀ ਕਾਂਗਰਸ ਸਰਕਾਰ ਨੇ ਗੈਂਗਸਟਰ ਤੇ ਸਿਆਸਤਦਾਨ ਮੁਖਤਾਰ ਅंसारी ਨੂੰ ਯੂਪੀ ਸਰਕਾਰ ਤੋਂ ਬਚਾਉਣ ਲਈ 55 ਲੱਖ ਰੁਪਏ ਤੋਂ ਵੱਧ ਖਰਚੇ ਇਹ ਵੀ ਪਤਾ ਲੱਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਹਰ ਇੱਕ ਸੁਣਵਾਈ ਤੇ 11 ਲੱਖ ਰੁਪਏ ਵਕੀਲ ਦੀ ਫੀਸ ਤੇ ਕੁੱਲ 55 ਲੱਖ ਰੁਪਏ ਖਰਚ ਕੇ ਅंसारी ਦਾ ਕੇਸ ਲੜਨ ਦੇ ਲਈ ਸੁਪਰੀਮ ਕੋਰਟ ਦੇ ਇੱਕ ਸੀਨੀਅਰ ਵਕੀਲ ਨੂੰ ਲਗਾਇਆ ਹੋਇਆ ਸੀ ਉਸ ਦਿਨ ਵੀ ਕਥਿਤ ਤੌਰ ਤੇ 5 ਲੱਖ ਰੁਪਏ ਚਾਰਜ ਕੀਤੇ ਗਏ ਜਿਸ ਤਣ ਸੁਣਵਾਈ ਨਹੀਂ ਸੀ ਹੋ ਸਕੀ ਇਸ ਵੰਦੀ ਜੇਲ ਮੰਤਰੀ ਹਰਜੋਤ ਸਿੰਘ ਮੈਂਸ ਨੇ ਕਿਹਾ ਕਿ ਇਹ ਸਮਾਮਲੇ ਦੀ ਜਾਂਚ ਤਕਰੀਬਨ ਤਕਰੀਬਨ ਮੁਕੰਮਲ ਹੈ ਪਰ ਉਹ ਕਹਿੰਦੇ ਮੈਂ ਸਪਸ਼ਟ ਕਰਦਾ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਹੀ ਨਹੀਂ ਸਗੋ ਕਾਂਗਰਸ ਤੇ ਕੇਂਦਰੀ ਪੱਧਰ ਦੇ ਨੇਤਾਵਾਂ ਦੇ ਨਾਮ ਵੀ ਸਾਹਮਣੇ ਆ ਰਹੇ ਨੇ ਤੇ ਜਦੋਂ ਕਹਿੰਦੇ ਜਾਂਚ ਰਿਪੋਰਟ ਤੁਹਾਡੇ ਸਾਹਮਣੇ ਰੱਖੀ ਜਾਏਗੀ ਜਨਤਕ ਕੀਤੀ ਜਾਏਗੀ ਤਾਂ ਤੁਹਾਨੂੰ ਖੁਦ ਪਤਾ ਲੱਗ ਜਾਊ ਕਿ ਗੈਂਗਸਟਰ ਨੂੰ ਸ਼ਹਿ ਕੌਣ ਦਿੰਦਾ ਰਿਹਾ ਤੇ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕੌਣ ਕੀਦੇ ਇਸ਼ਾਰੇ ਤੇ ਕਰਤਾ ਤੇ ਕਰਵਾਉਂਦਾ ਰਿਹਾ ਹਰਜੋਤ ਬੈਂਸ ਸਾਹਿਬ ਜਿਹੜੇ ਤੁਸੀਂ ਦਾਅਵੇ ਕਰ ਰਹੇ ਹੋ ਅਸੀਂ ਉਡੀਕ ਵਿੱਚ ਹਾਂ ਦੇਖਦੇ ਹਾਂ ਕਿ ਕਿਹੜਾ ਕਿਹੜਾ ਪੰਜਾਬ ਦਾ ਕੋ ਕਿਹੜਾ ਕਿਹੜਾ ਕੇਂਦਰੀ ਕਾਂਗਰਸੀ ਆਗੂ ਪੰਜਾਬ ਦੇ ਖਜ਼ਾਨੇ ਨੂੰ ਦੋਵੇਂ ਹੱਥੀ ਲੁੱਟ ਤੇ ਲੁੱਟਵਾ ਰਿਹਾ ਸੀ ਆਉਣ ਦਿਓ ਇੰਤਜ਼ਾਰ ਕਰ ਰਹੇ ਹਾਂ ਪਰ ਇਹੀ ਕੁਝ ਜੋ ਉਹਨਾਂ ਦੇ ਵੇਲੇ ਹੋ ਰਿਹਾ ਸੀ ਆ ਤੁਹਾਡੇ ਵਕਤ ਵੀ ਆ ਹੋਣੀ ਅਸੀਂ ਖਬਰ ਸਾਂਝੀ ਕੀਤੀ ਹੈ ਕਿ ਸੀਆਈਏ ਸਟਾਫ ਦਾ ਇੰਚਾਰਜ ਗੈਂਗਸਟਰ ਦੇ ਨਾਲ ਰਲਿਆ ਵੀ ਉਹਨੂੰ ਫੋਨ ਵੀ ਲੈ ਕੇ ਦਿੱਤੇ ਉਹਨੂੰ ਆਪਣੀ ਗਰਲਫ੍ਰੈਂਡ ਵੀ ਨਾਲ ਮਿਲਾਇਆ ਤੇ ਬੁਲਾਇਆ ਵੀ ਆਪਣੇ ਘਰੇ ਤੇ ਫਰਾਰ ਵੀ ਕਰਵਾ ਦਿੱਤਾ ਸੱਚਮੁੱਚ ਸਖਤੀ ਤੁਸੀਂ ਵੀ ਵਰਤੋ ਨਹੀਂ ਤੁਹਾਡੇ ਤੋਂ ਬਾਅਦ ਆਉਣ ਵਾਲੀ ਸਰਕਾਰ ਤੁਹਾਡੇ ਖਿਲਾਫ ਵੀ ਜਾਂਚ ਕਰੂਗੀ ਔਰ ਜਾਂਚ ਹੋਣੀ ਵੀ ਚਾਹੀਦੀ ਹੈ ਤੇ ਅਗਲੀ ਗੱਲ ਕਰਦੇ ਹਾਂ ਕਿ ਲੱਗਦਾ ਕਿ ਕਾਂਗਰਸ ਵਾਲਿਆਂ ਦੇ ਦਿਨ ਮਾੜੇ ਚੱਲ ਰਹੇ ਐ ਪਹਿਲਾਂ ਤਾਂ ਕੈਪਟਨ ਸੰਦੀਪ ਸੰਧੂ ਤੇ ਤਲਵਾਰ ਲਟਕ ਰਹੀ ਹੈ ਉਹ ਤੋਂ ਪਹਿਲਾਂ ਸੰਗਤ ਸਿੰਘ ਗਿੱਲ ਜੀਆਂ ਸਾਧੂ ਸਿੰਘ ਧਰਮਸੂਤ ਭਾਰਤ ਪੂਸ਼ਣਾਸ਼ੂ ਕਿੰਨਿਆਂ ਦਾ ਨਾਮ ਲਿਆ ਜਾ ਸਕਦਾ ਹੈ ਪਰ ਹੁਣ ਖਬਰ ਮਿਲ ਰਹੀ ਹੈ ਕਿ ਪੰਜਾਬ ਵਿਜੀਲੈਂਸ ਬੀਰੋਂ ਨੇ ਗੁਰਦਾਸਪੁਰ ਦੇ ਲੀਡ ਬੈਂਕ ਦੇ ਮੈਨੇਜਰ ਤੋਂ ਕਾਂਗਰਸੀ ਵਿਧਾਇਕ ਵਰਿੰਦਰ ਮੀਤ ਸਿੰਘ ਪਾੜਾ ਅਤੇ ਉਹਨਾਂ ਦੇ ਪਰਿਵਾਰ ਸਮੇਤ 8 ਲੋਕਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਮੰਗੀ ਹੈ ਐਸਐਸਪੀ ਵਿਜੀਲੈਂਸ ਨੇ ਬੈਂਕ ਦੇ ਮੈਨੇਜਰ ਤੋਂ ਜਾਣਕਾਰੀ ਮੰਗੇ ਜਾਣ ਦੀ ਪੁਸ਼ਟੀ ਵੀ ਕਰ ਦਿੱਤੀ ਹੈ ਜਦੋਂ ਕੋਈ ਵਿਧਾਇਕ ਨੇ ਇਸ ਤਰ੍ਹਾਂ ਦੇ ਕਿਸੇ ਵੀ ਲੈਟਰ ਦੇ ਸਬੰਧ ਵਿੱਚ ਉਹ ਕਹਿੰਦੇ ਮੈਨੂੰ ਕੋਈ ਜਾਣਕਾਰੀ ਨਹੀਂ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੰਦਾ ਹੈ ਪਰ ਉਹ ਇਹ ਜ਼ਰੂਰ ਆਖਦੇ ਆ ਕਿ ਜੋ ਸੋਸ਼ਲ ਮੀਡੀਆ ਤੇ ਚਿੱਠੀ ਵਾਇਰਲ ਹੋਈ ਹੈ ਉਸ ਪੋਸਟ ਤੋਂ ਉਹ ਨਾਰਾਜ਼ ਜ਼ਰੂਰ ਨੇ ਦੱਸਣਾ ਬਣਦਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਲੈਟਰ ਵਾਇਰਲ ਹੋਇਆ ਹੈ ਜਿਸ ਦੇ ਵਿੱਚ ਵਿਜੀਲੈਂਸ ਵੀਰੋਂ ਨੇ ਗੁਰਦਾਸਪੁਰ ਤੇ ਬੈਂਕ ਮੈਨੇਜਰ ਨੂੰ ਪੱਤਰ ਜਾਰੀ ਕਰਕੇ ਵਿਜੀਲੈਂਸ ਛਾਸ ਤੇ ਵਿੱਚ ਵਿਧਾਇਕ ਵਰਿੰਦਰ ਮੀਤ ਸਿੰਘ ਉਹਨਾਂ ਦੇ ਭਰਾ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਬਰਜੀਤ ਸਿੰਘ ਅਤੇ ਪਰਿਵਾਰ ਦੇ ਕੁਝ ਹੋਰ ਮੈਂਬਰਾਂ ਦੇ ਸਿਮੇਤ ਕੁਝ ਨੇੜੇ ਦੀ ਨਜ਼ਦੀਕੀ ਜਿਹੜੇ ਵਿਅਕਤੀ ਨੇ ਉਹਨਾਂ ਦੇ ਬੈਂਕ ਖਾਤੇ ਆਤੇ ਕੁਝ ਨੌਕਰਾਂ ਦੇ ਨਾਲ ਸਬੰਧਤ ਜਲਦ ਜਾਣਕਾਰੀ ਮਹਈਆ ਕਰਵਾਉਣ ਵਾਸਤੇ ਲਿਖਿਆ ਹੋਇਆ ਇਸ ਚਿੱਠੀ ਦੇ ਵਾਇਰਲ ਹੋਣ ਤੋਂ ਬਾਅਦ ਐਮਐਲਏ ਨੇ ਆਖਿਆ ਕਿ ਉਹਨਾਂ ਨੇ ਤਾਂ ਕੋਈ ਗੁਨਾਹ ਨਹੀਂ ਕੀਤਾ ਉਹਨਾਂ ਨੇ ਤਾਂ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕੀਤਾ ਤੇ ਉਹਨਾਂ ਨੂੰ ਇਸ ਕਰਕੇ ਕਿਸੇ ਜਾਂਚ ਦਾ ਡਰ ਡਰ ਵੀ ਕੋਈ ਨਹੀਂ ਉਰਾਨ ਉਸ ਲੈਟਰ ਦੇ ਸਬੰਧ ਵਿੱਚ ਕਹਿੰਦੇ ਜਾਣਕਾਰੀ ਵੀ ਕੋਈ ਨਹੀਂ ਪਰ ਹਾਂ ਉਹ ਕਹਿੰਦੇ ਸੋਸ਼ਲ ਮੀਡੀਆ ਤੇ ਵਾਇਰਲ ਜਰੂਰ ਹੋਇਆ ਪਰ ਜੇ ਇਹ ਹੋਇਆ ਵੀ ਹੈ ਕਹਿੰਦੇ ਫਿਰ ਇਹ ਵਿਜੀਲੈਂਸ ਦਾ ਅੰਦਰੂਨੀ ਮਾਮਲਾ ਹੈ ਪਰ ਇਹਦਾ ਲੀਕ ਹੋਣਾ ਇਹ ਵਿਭਾਗ ਤੇ ਜਰੂਰ ਸਵਾਲ ਖੜੇ ਕਰਦਾ ਹੈ ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਨੇ ਇਸ ਪੱਤਰ ਦੇ ਵਿੱਚ ਸਾਰੀਆਂ ਬੈਂਕਾਂ ਦੇ ਇੱਕ ਗਰੁੱਪ ਦੇ ਵਿੱਚ ਸਨੂ ਸ਼ੇਅਰ ਕਰ ਦਿੱਤਾ ਹੈ ਤਾਂ ਕਿ ਸਾਰੇ ਲੋਕ ਆਪਣੇ ਆਪਣੇ ਬੈਂਕਾਂ ਦੇ ਵਿੱਚ ਖੁੱਲੇ ਲੋਕਾਂ ਦੇ ਖਾਤਿਆਂ ਦੇ ਸਬੰਧ ਵਿੱਚ ਜਾਣਕਾਰੀ ਦੇ ਸਕਣ ਪੱਤਰ ਦਰ ਅਸਲ ਇੱਕ ਗਰੁੱਪ ਦੇ ਵਿੱਚ ਸ਼ੇਅਰ ਕਰ ਦਿੱਤਾ ਗਿਆ ਉੱਥੋਂ ਇਹਨੂੰ ਅੱਗੇ ਫਿਰ ਲੀਕ ਕਰ ਦਿੱਤਾ ਗਿਆ ਅੰਮ੍ਰਿਤਸਰ ਦੇ ਐਸਐਸਪੀ ਵਿਰਿੰਦਰ ਕੁਮਾਰ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੱਤਰ ਸੋਸ਼ਲ ਮੀਡੀਆ ਤੇ ਕਿਵੇਂ ਆ ਗਿਆ ਇਹ ਵਾਇਰਲ ਕਿਵੇਂ ਹੋ ਗਿਆ ਇਹਦੀ ਤਸਦੀ ਕਰਾਂਗੇ ਜਾਂਚ ਜਦੋਂ ਬੈਂਕ ਮੈਨੇਜਰ ਨੂੰ ਪੁੱਛਿਆ ਉਹ ਕਹਿੰਦੇ ਵਿਜੀਲੈਂਸ ਨੇ ਜਿਹੜਾ ਇਹ ਸਾਨੂੰ ਪੱਤਰ ਭੇਜਿਆ ਸੀ ਇਹ ਜਿਹੜੀ ਜਾਣਕਾਰੀ ਮੰਗੀ ਸੀ ਅਸਲ ਦੇ ਵਿੱਚ ਕੋਈ ਹਲੋਕਾਰੀ ਗੱਲ ਨਹੀਂ ਇਹ ਰੁਟੀਨ ਦੀ ਕਾਰਵਾਈ ਹੈ ਲੀਕ ਹੋਏ ਪੱਤਰ ਦੇ ਹੇਠ ਪੀਐਨਬੀ ਬੈਂਕ ਦੇ ਇੱਕ ਕੰਪਿਊਟਰ ਦਾ ਨੰਬਰ ਆ ਰਿਹਾ ਹੈ ਜਿਸ ਤੋਂ ਪਤਾ ਲੱਗ ਰਿਹਾ ਹੈ ਕਿ ਇਹ ਪੱਤਰ ਪੰਜਾਬ ਨੈਸ਼ਨਲ ਬੈਂਕ ਦੇ ਕੰਪਿਊਟਰ ਤੋਂ ਫੋਟੋ ਖਿੱਚ ਕੇ ਲੀਕ ਕੀਤਾ ਗਿਆ ਹੈ ਉਹਨਾਂ ਦੇ ਕਿਸੇ ਕਰਮਚਾਰੀ ਵੱਲੋਂ ਲੀਕ ਕੀਤਾ ਗਿਆ ਹੈ ਲੀਕ ਹੋਏ ਪੱਤਰ ਤੋਂ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਗੁਰਦਾਸਪੁਰ ਦੇ ਡੀਐਸਪੀ ਨਰਮਲ ਸਿੰਘ ਵੱਲੋਂ 3 ਅਕਤੂਬਰ ਨੂੰ 6 ਲੀਡ ਬੈਂਕ ਦੇ ਮੈਨੇਜਰਾਂ ਦੇ ਨਾਮ ਇੱਕ ਖਾਤ ਲਿਖਿਆ ਗਿਆ ਸੀ ਜਿਸ ਤੇ ਵਿੱਚ ਆ ਲੋਡਿੰਗ ਦੀ ਜਾਣਕਾਰੀ ਦੀ ਮੰਗ ਕੀਤੀ ਗਈ ਸੀ ਕਿ ਸੱਚਮੁੱਚ ਇਸ ਵਿਧਾਇਕ ਨੇ ਕੁਝ ਇਸ ਤਰ੍ਹਾਂ ਦਾ ਕੀਤਾ ਜਿਸ ਦੀ ਵਿਜੀਲੈਂਸ ਅੰਦਰ ਖਾਤੇ ਜਾਂਚ ਕਰ ਰਹੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਤੇ ਆ ਖਬਰ ਸੱਚਮੁੱਚ ਬਹੁਤ ਹੈਰਾਨੀਜਨਕ ਵੀ ਹੈ ਚਿੰਤਾਜਨਕ ਵੀ ਹੈ ਝਾਰਖੰਡ ਵਾਲੇ ਪਾਸੋਂ ਖਬਰ ਮਿਲ ਰਹੀ ਹੈ ਝਾਰਖੰਡ ਦੇ ਗੁੰਮਲਾ ਜ਼ਿਲ੍ਹੇ ਚ ਪੈਂਦਾ ਕਾਗਰਾ ਥਾਣਾ ਤੇ ਕਾਗਰਾ ਥਾਣੇ ਚ ਪੈਂਦਾ ਪਿੰਡ ਲਾਲਪੁਰ ਲਾਲਪੁਰ ਦੇ ਵਿੱਚੋਂ ਖਬਰ ਮਿਲ ਰਹੀ ਆ ਕਿ ਦੁਰਗਾ ਨੌਮੀ ਦੇ ਮੌਕੇ ਤੇ ਬੱਕਰੇ ਦੀ ਬਲੀ ਦਿੱਤੀ ਜਾਣੀ ਸੀ ਪਰ ਉੱਥੇ ਸੱਚਮੁੱਚ ਇੱਕ ਬਹੁਤ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਤੇਜ ਤਾਰ ਹਥਿਆਰ ਦੇ ਨਾਲ ਬੱਕਰੇ ਦੀ ਬਲੀ ਦਿੱਤੀ ਜਾ ਰਹੀ ਸੀ ਅਸਲ ਦੇ ਵਿੱਚੋਂ ਟੁੱਟਿਆ ਦੁਫਾੜ ਹੋ ਗਿਆ ਹੱਥੋਂ ਨਿਕਲ ਗਿਆ ਅਤੇ ਨੇੜੇ ਖੜੇ 1-3 ਸਾਲ ਦੇ ਬੱਚੇ ਤੇ ਜਾ ਵਜਿਆ ਖੂਨ ਨਾਲ ਲੱਤਪੱਤ ਲੜਕੇ ਨੂੰ ਇਲਾਜ ਵਾਸਤੇ ਹਸਪਤਾਲ ਲਈ ਲਿਜਾਇਆ ਜਾ ਰਿਹਾ ਸੀ ਅਤੇ ਇਸ ਬੱਚੇ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਪਿੰਡ ਚ ਪੂਜਾ ਵਾਲੇ ਥਾਂ ਦੇ ਉੱਤੇ ਜਿੱਥੇ ਪਹਿਲਾਂ ਉਤਸ਼ਾਹ ਦਾ ਮਾਹੌਲ ਸੀ ਉਹ ਸਾਰਾ ਮਾਹੌਲ ਮਾਤਮ ਚ ਬਦਲ ਗਿਆ। ਮ੍ਰਿਤਕ ਬੱਚੇ ਦਾ ਨਾਮ ਵਿਮਲ ਉਰਾਵਾ ਦੱਸਿਆ ਜਾ ਰਿਹਾ ਹੈ ਤੇ ਉਹਦੇ ਪਰਿਵਾਰ ਦਾ ਹੀ ਬੁਰਾ ਹਾਲ ਹੈ ਦੱਸਿਆ ਜਾ ਰਿਹਾ ਕਿ ਪਿੰਡ ਦੇ ਵਿੱਚ ਦੁਰਗਾ ਪੂਜਾ ਦਾ ਮੰਡਪ ਸੀ। ਪਰੰਪਰਾ ਦੇ ਅਨੁਸਾਰ ਬੱਕਰਿਆਂ ਦੀ ਬਲੀ ਦਿੱਤੀ ਜਾ ਰਹੀ ਸੀ। ਤੀਸਰੇ ਬੱਕਰੇ ਦੀ ਬਲੀ ਲਈ ਜਾ ਰਹੀ ਸੀ ਜੋ ਹੀ ਬੱਕਰੇ ਦੀ ਗਰਦਨ ਤੇ ਤੇਜ਼ ਤਾਰ ਹਥਿਆਰ ਨਾਲ ਵਾਰ ਕੀਤਾ ਗਿਆ ਉਹ ਟੁੱਟਿਆ ਹੱਥੋਂ ਨਿਕਲਿਆ ਤੇ ਭੀੜ ਚ ਖੜੇ ਦੀਪਕ ਅਰਾਉ ਦੇ ਤਿੰਨ ਸਾਲਾ ਪੁੱਤਰ ਵਿਮਲ ਅਰਾਉ ਦੇ ਗਰਦਨ ਤੇ ਜਾ ਵਜਿਆ ਤੇ ਨਾਲ ਦੀ ਨਾਲ ਉੱਥੇ ਹਫੜਾ ਦਫੜੀ ਦਾ ਮਾਹੌਲ ਹੋ ਗਿਆ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਪੁਲਿਸ ਵਾਲੇ ਵੀ ਉੱਥੇ ਪਹੁੰਚੇ ਤੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਤੇ ਥਾਣੇ ਦੇ ਇੰਚਾਰਜ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਮ੍ਰਿਤਕ ਦੇ ਮਾਪਿਆਂ ਦੇ ਬਿਆਨ ਵੀ ਦਰਜ ਕਰ ਲਏ ਆ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਵੀ ਦਰਜ ਕਰ ਲਈ ਹੈ ਤੇ ਇਸ ਹਾਦਸੇ ਤੋਂ ਬਾਅਦ ਪਿੰਡ ਸਾਰਾ ਸਦਮੇ ਚ ਹੈ ਪਰ ਤੁਸੀਂ ਆਪ ਹਿਸਾਬ ਲਾ ਲਓ ਕਿ ਬੱਕਰਿਆਂ ਦੀ ਬਲੀ ਦੇਂਦੇ-ਦੇਂਦੇ ਇੱਕ 3 ਸਾਲਾਂ ਬੱਚੇ ਦੀ ਜਾਨ ਚਲੀ ਗਈ ਹੈ ਸੱਚਮੁੱਚ ਬਹੁਤ ਚਿੰਤਾਜਨਕ ਹੈ ਅਗਲੀ ਖਬਰ ਹੈ ਅੰਬਾਨੀ ਪਰਿਵਾਰ ਦੇ ਨਾਲ ਸੰਬੰਧਤ ਹੈ ਤੇ ਤਮਕੀਆਂ ਦੇ ਨਾਲ ਸੰਬੰਧਤ ਹੈ ਮੁੰਬਈ ਦੇ ਵਿੱਚ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਨੂੰ ਇੱਕ ਵਾਰ ਫਿਰ ਤੋਂ ਬੰਬ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਹੈ ਜਾਣਕਾਰੀ ਇਹ ਮਿਲੀ ਹੈ ਕਿ ਹਸਪਤਾਲ ਦੇ ਲੈਂਡਲਾਈਨ ਨੰਬਰ ਦੇ ਉੱਤੇ ਕਿਸੇ ਅਣਜਾਣ ਵਿਅਕਤੀ ਨੇ ਦੋ ਵਾਰ ਫੋਨ ਕੀਤਾ ਉਹਨੇ ਜਿੱਥੇ ਹਸਪਤਾਲ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਦਿੱਤੀ ਤੇ ਨਾਲ ਹੀ ਉਹਨੇ ਅਬਾਨੀ ਪਰਿਵਾਰ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲਾ ਫੋਨ ਪਹਿਲੀ ਵਾਰੀ ਬਾਅਦ ਪਹਰ ਤਕਰੀਬਨ 1 ਵਜੇ ਆਉਂਦਾ ਹੈ ਅਤੇ ਦੂਸਰਾ ਫੋਨ ਸ਼ਾਮ ਦੇ ਤਕਰੀਬਨ 5:00 ਵਜੇ ਆਉਂਦਾ ਹੈ ਜਿਸ ਤੋਂ ਬਾਅਦ ਹਸਪਤਾਲ ਤੇ ਮੁਕੇਸ਼ ਅੰਬਾਨੀ ਦੇ ਘਰ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਰਿਲਾਇੰਸ ਇੰਡਸਟਰੀਜ਼ ਲਿਮਟਿਡ ਤੇ ਬੁਲਾ ਰਣੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਮੁਕੇਸ਼ ਅੰਬਾਨੀ ਉਹਨਾਂ ਦੀ ਘਰ ਵਾਲੀ ਅਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਜਾਨੋਂ ਮਾਰ ਦੀ ਧਮਕੀ ਦਿੱਤੀ ਹੈ ਅਤੇ ਨਾਲ ਹੀ ਉਹਨੇ ਹਸਪਤਾਲ ਤੇ ਉਹਨਾਂ ਦੇ ਘਰ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਮੁੰਬਈ ਦੇ ਡੀਬੀ ਮਾਰਗ ਪੁਲਿਸ ਸਟੇਸ਼ਨ ਦੇ ਵਿੱਚ ਮੁਕੱਦਮਾ ਵੀ ਦਰਜ ਕਰਵਾ ਦਿੱਤਾ ਗਿਆ ਤੇ ਜਾਂਚ ਜਾਰੀ ਹੈ ਤੁਹਾਨੂੰ ਸ਼ਾਇਦ ਇਹ ਵੀ ਯਾਦ ਹੋਣਾ ਹੈ ਕਿ ਇਹਦੇ ਤੋਂ ਪਹਿਲਾਂ ਵੀ ਕਈ ਵਾਰ ਅੰਬਾਨੀ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਨੇ 15 ਅਗਸਤ ਵਾਲੇ ਦਿਨ ਵੀ ਇੱਕ ਵਿਅਕਤੀ ਨੇ ਫੋਨ ਕਰਕੇ ਮੁਕੇਸ਼ ਅਤੇ ਉਹਨਾਂ ਦੀ ਪਤਨੀ ਨੀਤਾ ਅੰਬਾਨੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਸੀ 15 ਅਗਸਤ ਵਾਲੇ ਦਿਨ ਵੀ ਰਿਲਾਇੰਸ ਫਾਊਂਡੇਸ਼ਨ ਦੇ ਹਸਪਤਾਲ ਦੇ ਲੈਂਡਲਾਈਨ ਨੰਬਰ ਤੇ ਧਮਕੀ ਭਰੇ ਇੱਕ ਤੋਂ ਬਾਅਦ ਇੱਕ ਕੁੱਲ 8 ਫੋਨ ਆਏ ਸੀ ਫੋਨ ਕਰਨ ਵਾਲੇ ਅਵਾਨੀ ਪਰਿਵਾਰ ਨੂੰ 3 ਘੰਟਿਆਂ ਦੇ ਅੰਦਰ ਅੰਦਰ ਕਹਿ ਰਿਹਾ ਸੀ ਖਤਮ ਕਰ ਦਿਆਂਗਾ ਹਸਪਤਾਲ ਮੈਨੇਜਮੈਂਟ ਨੇ ਉਸ ਵਕਤ ਵੀ ਪੁਲਿਸ ਸਟੇਸ਼ਨ ਦੇ ਵਿੱਚ ਮੁਕੱਦਮਾ ਦਰਜ ਕਰਵਾ ਦਿੱਤਾ ਸੀ ਮੁੰਬਈ ਪੁਲਿਸ ਨੇ ਫਿਰ ਤਿੰਨ ਟੀਮਾਂ ਬਣਾ ਦਿੱਤੀਆਂ ਸੀ ਮਾਮਲੇ ਦੀ ਜਾਂਚ ਵਿੜ ਦਿੱਤੀ ਗਈ ਸੀ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਸੀ ਕਿ ਕਾਲਰ ਇੱਕੋ ਹੀ ਸੀ ਜੀ ਨੇ 8 ਵਾਰ ਫੋਨ ਕੀਤਾ ਅਤੇ ਉਸਦੀ ਲੋਕੇਸ਼ਨ ਟਰੇਸ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਬਾਅਦ ਚ ਪਤਾ ਲੱਗਿਆ ਸੀ ਕਿ ਫੋਨ ਕਰਨ ਵਾਲਾ ਵਿਅਕਤੀ ਪੇਸ਼ੇ ਵਜੋਂ ਜੀਓਲਰ ਸੀ ਅਤੇ ਉਸ ਦਾ ਨਾਮ ਵਿਸ਼ਨੂ ਭੀਬੂ ਭੌਮਿਕ ਸੀ ਪਰ ਜਦੋਂ ਉਸ ਨੇ ਫੋਨ ਤੇ ਧਮਕੀ ਦਿੱਤੀ ਤਾਂ ਉਹਨੇ ਉਸ ਵਕਤ ਆਪਣਾ ਨਾਮ ਅਫਜ਼ਲ ਦੱਸਿਆ ਸੀ ਗ੍ਰਿਫਤਾਰੀ ਤੋਂ ਬਾਅਦ ਪਤਾ ਲੱਗਿਆ ਸੀ ਕਿ ਉਹ ਵਿਅਕਤੀ ਮਾਨਸਿਕ ਰੂਪ ਨਾਲ ਮੁਕੰਮਲ ਤੰਦਰੁਸਤ ਨਹੀਂ ਸੀ ਦੱਸਣਾ ਬਣਦਾ ਕਿ ਇਹਦੇ ਤੋਂ ਪਹਿਲਾਂ ਫਰਵਰੀ 2021 ਦੇ ਵਿੱਚ ਵੀ ਅੰਟਾਲੀਆ ਦੇ ਬਾਹਰ ਇੱਕ ਤਮਾਕਾ ਆਖੇ ਸਮਗਰੀ ਦੇ ਨਾਲ ਲੱਦਿਆ ਇੱਕ ਐਸਯੂ ਵੀ ਬਰਾਬਦ ਹੋਇਆ ਸੀ। ਉਹਦੇ ਵਿੱਚ ਜੈਲੇਟਨ ਦੀਆਂ ਛੜਾਂ ਸੀ ਅਤੇ ਨਾਲ ਇੱਕ ਚਿੱਠੀ ਵੀ ਸੀ। ਉਸ ਚਿੱਠੀ ਦੇ ਵਿੱਚ ਵੀ ਮੁਕੇਸ਼ ਅਬਾਨੀ ਅਤੇ ਉਹਨਾਂ ਦੀ ਘਰਵਾਲੀ ਨੂੰ ਧਮਕੀ ਦਿੱਤੀ ਹੋਈ ਸੀ। ਉਸ ਕੇਸ ਦੇ ਵਿੱਚ ਵੀ ਮੁੰਬਈ ਪੁਲਿਸ ਦੇ ਇਨਕਾਊਂਟਰ ਸਪੈਸ਼ਲਿਸਟ ਸਚਨ ਵਜੇ ਦਾ ਨਾਮ ਸਾਹਮਣੇ ਆਇਆ ਸੀ ਅਤੇ ਉਹਦੀ ਐਨਆਈਏ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇੱਥੇ ਇਹ ਵੀ ਗੱਲ ਦੱਸਣ ਵਾਲੀ ਆ ਕਿ ਕੁਝ ਦਿਨ ਪਹਿਲਾਂ ਅੰਬਾਨੀ ਨੂੰ ਜ਼ੈਡ ਪਲੱਸ ਸੁਰੱਖਿਆ ਦੇ ਦਿੱਤੀ ਗਈ ਹੈ ਅਤੇ ਉਹਨਾਂ ਦੀ ਸੁਰੱਖਿਆ ਦੇ ਉੱਤੇ ਤਕਰੀਬਨ ਹਰ ਮਹੀਨੇ 40 ਤੋਂ 45 ਲੱਖ ਰੁਪਏ ਖਰਚਾਉਣਾ ਹੈ ਪਰ ਇਹ ਖਰਚਾ ਲੋਕਾਂ ਦਾ ਨਹੀਂ ਹੋਏਗਾ ਅੰਬਾਨੀ ਪਰਿਵਾਰ ਖੁਰ ਆਪਣੀ ਜੇਬ ਦੇ ਵਿੱਚੋਂ ਇਹ 45 ਲੱਖ ਰੁਪਏ ਪ੍ਰਤੀ ਮਹੀਨਾ ਆਪਣੀ ਸੁਰੱਖਿਆ ਦਾ ਦੇਵੇਗਾ ਸਿਰਫ ਅੰਬਾਨੀ ਨੂੰ ਨਹੀਂ ਪੰਜਾਬ ਦੇ ਵਿੱਚ ਵੀ ਅਤੇ ਹੋਰ ਨਾ ਬਹੁਤ ਸਰੀਆਂ ਥਾਮਾਂ ਦੇ ਉੱਤੇ ਵੀ ਲਗਾਤਾਰ ਬੀਤੇ ਕੁਝ ਕ ਮਹੀਨਿਆਂ ਤੋਂ ਧਮਕੀਆਂ ਦਾ ਸਿਲਸਿਲਾ ਵਧਿਆ ਹੋਇਆ ਹੈ ਸੋ ਦੋਸਤੋ ਇਸ ਹੀ ਕੁਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜ਼ਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ